ਮੈਂ ਗੋਲੀਆਂ ਖਾ ਖਾ ਤੇ ਮੈਂ ਮਰ ਵਜਾਂ ਮੈਂ ਜਿੰਦਗੀ ਤੋਂ ਕਿਤੇ ਤੱਕ ਕਿਆ ਉਹਦਾ ਮੇਰਾ ਤਾਂ ਮੈਂ ਜੀ ਅੱਲਾਹ ਦੇ ਬਗੈਰ ਕੋਈ ਕਿਆ ਨਹੀਂ ਮੈਂ ਅਸਲਾਮ ਅਲੈਕੁਮ ਗਾਇਸ ਕੀ ਹਾਲ ਚਾਲ ਹੈ ਠੀਕ ਠਾਕ ਜੈਸਾ ਕਿ ਆਪ ਦੇਖ ਰਹੇ ਮੈਂ ਹੂੰ ਆਪਕਾ ਦੋਸਤ ਮੁਹੰਮਦ ਹਫੀਜ਼ੁੱਲਾ ਬਲੋਚ ਤੋ ਆਜ ਮੈਂ ਰਸਤੇ ਮੇ ਸੇ ਜਾ ਰਹਾ ਥਾ ਤੋ ਰਸਤੇ ਮੇ ਮੁਝੇ ਏਕ ਬੰਦਾ ਮਿਲ ਗਿਆ ਤੋ ਮੁਝੇ ਮਤਲਬ ਸ਼ਿਕਾਇਤ ਲਗਾ ਰਹਾ ਥਾ ਉਸਕੋ ਕਿਸੀ ਲੜਕੋ ਨੇ ਛੇੜ ਲਿਆ ਤਕਰੀਬਨ ਵੋ ਮਲੇ ਇਕਤਜ਼ਾਦ ਤੇ ਮੈਂ ਮੇਰੀ ਤੀ ਸਬਜ਼ੀ ਹੋਣੀ ਹੈ ਨਮਾ ਜੀ ਮੈਂ ਸ਼ਾਦੀ ਕੀਤੀ ਉਹਦਾ ਮੈਂ ਜ਼ਾਬ ਦਾ ਮਕਾਨ ਸੀ ਨਾ ਹਾਂ ਹੋਲਾ ਸੇ ਉਹਦੇ ਬਾਅਦ ਮੈਂ ਸ਼ਾਦੀ ਥਾਂ ਤੇ ਮੇਰੇ ਤੀਨ ਬੇਟੇ ਨੇ ਇੱਕ ਬੇਟੀ ਹੈ ਮੇਰੀ ਬਲਾਮ ਦੇ ਬਾਅਦ ਉਹ ਮਸਲਾ ਇਹ ਪਿਆ ਚੀਂਦੇ ਦੂਜੀ ਸਾਲ ਕਿਆ ਤੀਜਾ ਸਾਲ ਹੈ ਪਾਲ ਮੇਰੇ ਹਲੇ ਗਏ ਬਲਾਮ ਦੇ ਬਾਅਦ ਬਲਾਮ ਨੇ ਤਾਂ ਵੱਡੀ ਮਿਹਨਤ ਕੀਤੀ ਉਹ ਸਰ ਆਖਰ ਮੈਂ ਨਹੀਂ ਪਾਇਆ ਬਲਾ ਵਾਲੇ ਮੈਂ ਥੋੜ੍ਹਾ ਸੱਤ ਸੋਰੇ ਉਹਨੇ ਨੇ ਥੱਲੇ ਪਰ ਮੇਰਾ ਅੱਲਾਹ ਦੇ ਬਗੈਰ ਕਿਉਂ ਕਹਿ ਮੇਰਾ ਵਡੇਰਾ ਮੇਰੀ ਚਾਚਾ ਉਹ ਪੋਥੀ ਗਏ ਮੇਰੀ ਚਾਚੀ ਹੈ ਕੋਈ ਪੋਥੀ ਗਏ ਮੇਰਾ ਕੋਈ ਕਹਿ ਨਹੀਂ ਮੈਂ ਗਰੀਬ ਹਾਂ ਮੈਂ ਤੇ ਨਾਲ ਤਾਦੇ ਅਲਾਵਾ ਅੰਦਾ ਮੇ ਨਾਲ ਕੰਮ ਕਰਨ ਦਾ ਕਰਨ ਦਾ ਮੈਨੂੰ ਸੌਦੇ ਅੱਟਾ ਹਰ ਸ਼ੈ ਆਟਾ ਹਰ ਸ਼ੈ ਦੇ ਨਾ ਉਹ ਮੇਰੀ ਜ਼ਰਾ ਨਹੀਂ ਸੁਣਦੇ ਇਹ ਨਹੀਂ ਆ ਤੇ ਤੂੰ ਆਂਡੇ ਨਹੀਂ ਕਿਆ ਹੈ ਕਿਆ ਨਹੀਂ ਬਲਾ ਫਿਰ ਮਾਤ ਕੋਈ ਆਖਣ ਤੇ ਲੱਗੇੜੀ ਹੈ ਬਲਾ ਉਹਦੇ ਬਾਅਦ ਮੇਰੇ ਨਾਲ ਭੀਰਾ ਨਾ ਨਹੀਂ ਸੁਣਦਾ ਮੇਰੇ ਬਾਰੇ ਗੱਲ ਮੈਂ ਅਸਲ ਵਿੱਚ ਇੰਨਾ ਪਰੇਸ਼ਾਨ ਪਿਆ ਉਹਦਾ ਬਲਾ ਇੰਨਾ ਪਰੇਸ਼ਾਨ ਆ ਹਿੱਤੇ ਲਾ ਦੀਏ ਮੈਂ ਗੋਲੀਆਂ ਖਾ ਖਾ ਤੇ ਮੈਂ ਮਰ ਵਜਾਂ ਮੈਂ ਜ਼ਿੰਦਗੀ ਤੋਂ ਕਿਤੇ ਤੱਕ ਪਿਆ ਉਹਦਾ ਮੇਰਾ ਤਾਂ ਮੈਂ ਜੀ ਅੱਲਾਹ ਦੇ ਬਗੈਰ ਕਿਉਂ ਕਿਹਾ ਨਹੀਂ ਮੈਂ ਤੂੰ 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 ਮਦਰੀ ਬੰਦਾ ਮੈਂ ਉਹਦੇ ਬਾਅਦ ਆਪਣੇ ਬਾਲੇ ਬੱਚਿਆਂ ਕਿਤੇ ਵੇਂਦਾ ਦੇਖਣ ਕਿਤੇ ਬਲਾ ਉਹ ਆ ਦੇਣਾ ਤਾਂ ਬਾਲ ਬੱਚੇ ਕਹਿੰਦੇ ਖਿਲੈਂਦੇ ਬਾਲ ਬੱਚੇ ਕਹਿੰਦੇ ਖਿਲੈਂਦੇ ਤਾਂ ਇਹ ਨਹੀਂ ਸਕੇ ਰਹਿੰਦੇ ਤੇਰੇ ਕਿਤੇ ਬਾਲ ਨਾਲ ਜਿਹੜੇ ਤੂੰ ਕੌਣ ਹੈ ਅਸਾਂ ਜਾਣਦੇ ਕਹਿੰਦੇ ਇਹ ਉਹ ਬਲਾ ਜਿਹੜੇ ਮੇਰੇ ਫਿਰਾ ਉਹ ਹੈ ਤੂੰ ਤੂੰ ਮੇਰੇ ਫਿਰਾ ਤੂੰ ਢਿੱਲੇ ਬੰਦੇ ਹਨ ਮੇਰੇ ਫਿਰਾ ਵਸਤ ਉਹ ਦਿਨ ਅਸਾਂ ਨੂੰ ਕਿਆ ਸਾਰਾ ਘਰ ਹੋਵੇ ਬਲਾ ਤਾੜੀ ਸੁਣਨ ਕਿਤੇ ਕੋਈ ਬੰਦਾ ਨਹੀਂ ਸੁਣਦਾ ਤੇ ਅਸਾਂ ਇਹੋ ਕਦਾ ਤੂੰ ਅਸਾਂ ਤੋਂ ਤੀਹ ਸਾਡੇ ਬਾਰੇ ਵਿੱਚ ਸੋਚਾਂ ਵਜੇ ਅੱਲਾ ਦੇ ਹੁਕਮ ਨਾਲ ਅਸਾਂ ਬਹੁਤ ਗਰੀਬ ਬੰਦੇ ਹੋ ਸਾਡੇ ਤੀਹ ਗਰੀਬ ਅਮੈਨਟੀ ਦਾ ਸੋਚਾਂ ਵਜੇ ਦਾਦਾ ਤੂੰ ਨਹੀਂ ਸੁਣਦਾ ਨਾ ਮੇਰੇ ਵਿਰਾਸ ਸੁਣਦੇ ਨਾ ਤੂੰ ਸੁਣਦੇ ਮੈਂ ਤੇ ਮੈਂ ਬਹੁਤ ਗਰੀਬ ਬੰਦਾ ਵਾਂ ਮੇਰਾ ਸੁਣਨ ਵਾਲਾ ਤੂੰ ਕਹਿ ਨਹੀਂ ਅੱਲਾ ਦਾ ਆਸਰਾ ਹੈ ਕਿ ਅੱਲਾ ਦੇ ਤੂੰ ਦਾ ਆਸਰਾ ਹੈ ਅਈਏ ਤੇ ਮੈਂ ਇਤਨਾ ਗਰੀਬ ਬੰਦਾ ਵਾਂ ਮੇਰਾ ਸੁਣਨ ਵਾਲਾ ਤੂੰ ਕਹਿ ਨਹੀਂ ਤੂੰ ਮਿਹਰਬਾਨੀ ਕੀਤੀ ਵਜੇ ਮੇਰੇ ਨਾਲ ਸਾਊਂਡ ਕੀਤਾ ਵਜੇ ਮੇਰੇ ਨਾਲ ਫੈਸਲਾ ਕੀਤਾ ਵਜੇ ਮੇਰੇ ਬਾਲ ਬੱਚੇ ਬੁਲਾਏ ਵਜੇ ਮੇਰੇ ਤਰੇ ਪੁੱਤਰ ਕੀਤੇ ਵਜੇ ਇਹ ਮੇਰੀ ਬੇਟੀ ਹੈ ਤਿੰਨ ਮੇਰੇ ਪੁੱਤਰ ਹਨ ਕੀ ਮਿਹਰਬਾਨੀ ਕੀਤੀ ਵਜੇ ਤੇ ਮੈਂ ਉਹਨੇ ਦਾ ਸ਼ੁਕਰ ਅਦਾ ਕਰ ਸਾਂ ਮੈਂ ਉਹਨੂੰ ਸ਼ੁਕਰ ਅਦਾ ਕਰ ਸਾਂ ਮੇਰੀ ਇਹ ਦੁਆ ਹੈ ਅੱਲਾਹ ਪੁੱਤਰ ਕਿ ਉਹਨਾਂ ਤੂੰ ਮੇਰੇ ਨਾਲੇ ਪਿੱਕੀ ਦੀ ਮਾਤੂ ਵਾਲੇ ਜਾਨਵਰ ਕਹਿੰਦੇ ਮਰੇ ਨੇ ਇਹੋ ਕਰੇ ਨੇ ਮੇਰੇ ਇਰਫਾਤ ਪੁੱਤੇ ਵਜੇ ਉੱਤੇ ਵਜ਼ੀਰ ਆਜ਼ਮ ਤੋਂ ਪੁੱਤੇ ਵਜੇ ਆਖਿਆ ਵਜੇ ਬਈ ਹਿੰਨੇ ਉੱਤੇ ਕੋਈ ਫੈਸਲਾ ਰੱਖਿਆ ਵਜੇ ਮੇਰਾ ਕੀ ਸੁਣਨ ਵਾਲਾ ਤੂੰ ਕਹਿੰਦੇ ਮੇਰੇ ਉੱਤੇ ਇਤਨਾ ਜ਼ੁਲਮ ਕਰੇ ਨੇ ਸਰੀਂ ਦੇ ਰੱਖਣੀ ਭਰ ਲੈਂਦੇ ਹਨ ਚਾਚਾ ਭਵੇਂਦੇ ਹਨ ਅਈਏ ਜੇ ਮੈਂ ਕੀ ਅੱਲਾ ਦਾ ਆਸਰਾ ਹੈ ਕਿ ਅੱਲਾ ਦੇ ਰਸੂਲ ਦਾ ਆਸਰਾ ਹੈ ਮੇਰੇ ਤੋਂ ਵੱਡਾ ਜ਼ੁਲਮ ਕਰਦਾ ਹੈ ਤੂੰ ਜੋ ਉੱਥੋਂ ਰਸਤੇ ਆਂਦਾ ਪਿਆ ਹਵੇਂ ਕੀ ਮਤਲਬ ਤੋਂ ਕੁੱਟੇ ਨੇ ਕੀ ਕੀਤਾ ਨੇ ਰੋਂਦਾ ਕਿਉਂ ਖੜਾ ਮੈਂ ਰਸਤੇ ਦੇ ਵਿੱਚ ਰਸਤੇ ਦੀ ਮੇਰੇ ਨਾਲ ਆਵੇਂ ਮੇਰੇ ਤੇ ਵੱਡਾ ਜ਼ੁਲਮ ਕਰਨ ਤਨੇ ਰਸਤੇ ਤੋਂ ਸੰਦੇ ਦੇ ਪਾਵੇ ਹੁਣ ਮੈਂ ਇਹ ਬੰਦੇ ਦੀ ਗੱਲ ਪਿਆ ਕਰਦਾ ਕਿ ਹੁਣ ਇਹ ਬੰਦਾ ਇੱਥਾ ਮਤਲਬ ਮੈਂ ਇਹਨੇ ਕੋਈ ਇੱਥਾ ਕਾ ਛੋੜੇ ਤੇ ਹੁਣ ਜਿਹੜਾ ਟਾਈਮ ਰਸਤੇ ਮੈਂ ਮਿਲੇ ਰੋਂਦੇ ਖੜਿਆ ਤੇ ਮੈਂ ਵੱਜਾ ਪੁੱਛਿਆ ਕਿ ਵੱਜਾ ਕਿ ਇਹ ਉਹ ਗੱਲ ਕੀਤੀ ਕਿ ਮਤਲਬ ਮੈਂ ਸੱਸ ਸਹੁਰੇ ਦੇ ਘਰ ਗਿਆ ਹਾਂ ਮੈਂ ਤਾਂ ਉਹਨੇ ਮੇਰੇ ਤੇ ਜ਼ਬਰਦਸਤੀ ਤਸ਼ੱਦਦ ਕੀਤੇ ਲੱਕੜੀਆਂ ਮੇਰੇ ਬੰਨੀਆਂ ਨੇ ਤੋ ਬਰਾਏ ਮਿਹਰਬਾਨੀ ਕਰ ਤੇ ਇਹਨਾਂ ਜ਼ੁਲਮ ਰੋਕਿਆ ਵੰਜੇ ਤੇ ਇਹ ਗਰੀਬ ਦੀ ਫਰਿਆਦ ਸੁਣੀ ਵੰਜੇ ਤੇ ਬਈ ਤੁਸੀਂ ਹੁਣ ਫਰਿਆਦ ਸੁਣਦੇ ਪਏ ਵੇ ਕਿ ਬਈ ਕਿਆ ਖਾਣ ਚਾਹੁੰਦੇ ਆ